ਲਾਲੇ ਪਾੜੇ ਦੀ ਫਰਮਾਇਸ਼ ਹੈ ਕਿ ਵੱਡਿਆਂ ਨੇ ਵੱਡੇ ਕੰਮ ਹੋਣੇ। ਬੜਾ ਤੋਂ ਹੀ ਆ ਜਿਸਨੇ ਬੜੇ ਕੰਮ ਹੈ, ਜਿਸਨੇ ਬੜੇ ਕੰਮ ਨਹੀਂ ਉਹ ਕਦੋਂ ਬੜਾ ਹੈ। ਉਹ ਕਿਸੇ ਬੁੱਢੀ ਨੇ ਪੁੱਤਰ ਮਰੀ ਗਿਆ ਤੇ ਬੜੀ ਰੋਇਆ ਪੁਰਲਾਇਆ, ਕਿਸੇ ਪੁੱਛਿਆ ਨੇ ਮਾਈ ਤੁਹਾਡਾ ਪੁੱਤਰ ਵੱਲ ਕੋਈ ਗੱਲ ਬਾਤ ਵਾਲਾ ਸਾ, ਆਹਣ ਨਹੀਂ 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 ਬਹੁਤ ਸਾਦਾ ਸ਼ਰੀਫ ਸਾ, ਨਾ ਕਿਸੇ ਨੇ ਚੰਗੀ ਤੇ ਨਾ ਮੰਦੀ, ਉਸਦਾ ਸ਼ੁਕਰ ਨੇ ਕਰਨੀ ਮਰਦੂਤ ਸਿਰੂ ਲੱਥਾ। ਐਵੇਂ ਯਾਰ ਠੀਕ ਹੈ ਸਾਰੇ ਗ੍ਰਹਿ ਗਿਆ ਦਾਈ ਨਾ ਚੰਗੀ ਆਖਣ ਚੋ ਗੱਲ ਨਾ ਮੰਦੀ ਤਾੜੇ ਰੋਟੀ ਖਾ ਕੇ ਕਰਨੀ ਹੈ। ਤਾਂ ਮੇਰੇ ਦੋਸਤੋ ਇਹ ਫਰਮਾਇਸ਼ ਜਿਹੜੀ ਹੈ ਮੇਰੇ ਲਾਲੇ ਦੀ, ਇਹ ਸੀ ਕਿ ਜਨਾਬੇ ਗੌਸ ਪਾਕ ਬਗਦਾਦ ਵਿਚ ਗਏ ਕੁਰਾਨ ਦੀ ਤਾਲੀਮ ਹਾਸਲ ਕਰਨ ਵਾਸਤੇ, ਤੇ ਜ਼ਹਿਰ ਉਸ ਬਾਜ਼ਾਰ ਚ ਗੁਜ਼ਰਨੇ ਸੀ, ਉੱਥੇ ਇੱਕ ਹਿੰਦੂ ਦੀ ਦੁਕਾਨ ਸੀ, ਉਸ ਹਿੰਦੂ ਦੀ ਦੁਕਾਨ ਅਭੀ ਜਦੋਂ ਗੁਜ਼ਰਨੇ ਸੀ ਉਹ ਹਿੰਦੂ ਉੱਠ ਕੇ ਖਲੋ ਜਾਣਾ ਸੀ, ਲਾਲਾ ਇਹ ਹੀ ਹੈ ਨਾ, ਥੋੜਾ ਬਾਅਦ ਹੀ ਨਹੀਂ ਸੀ। ਸਹੀ 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 ਉਹ ਜਾਣੇ ਸੀ ਨਾ ਜਾਣਾ ਕੋਈ ਨਸ਼ਾ ਹੀ ਸੀ, ਦੋਏ ਦੋਏ ਨਸ਼ੇ ਸੇ ਤਾਂ ਦੋਏ ਨਸ਼ੇ ਸੇ ਤਾਂ ਇੱਕ ਬਾਇਆ ਗੱਲਾਂ ਦੂਆ ਹੀ ਪਿਆ ਖੈ ਮੁੰਡੀ ਮਾਰੇ, ਤੋ ਉਹ ਆਹਣਾ ਉਸ ਕੀ ਦੂਏ ਕੀ ਦੇਣੇ, ਜੇ ਕਿ ਤੂੰ ਬਾਣਾ ਏ ਠੀਕ ਬਾਣਾ ਏ ਪਰ ਕਹਿ ਬਾਣਾ ਏ ਇਹ ਜਿਹੜੀ ਤੁਸਾਂ ਮੁੰਡੀ ਲਾਣੇ ਹੋ ਵੀ ਕਿਸੇ ਖਤਰਾ ਮੈਂ ਤਾਂ ਇਹ ਪੜੀ ਰਹਾਂ ਤਾਂ ਹੋਏ ਨੀ ਸੀ ਹੋਰ ਸੇ ਲਾਲਾ ਇਸ ਤਰ੍ਹਾਂ ਨਾ ਕਰ ਸਕੋ। ਬੜਿਆਂ ਨੇ ਬੜੇ ਕੰਮ ਇਹ ਇਹ ਗੱਲ ਆਖਦੀ ਹੈ ਨਾ ਹਲਾ ਹਲਾ ਛੇੜਾ ਭੁੱਲੀ ਗਏ ਕਿਉਂਕਿ ਇਹ ਹੀ ਹੋਣਾ ਇੰਡੀਆ। ਤੋ ਫਿਰ ਦੋਸਤੋ ਉਹ ਹਿੰਦੂ ਉੱਠ ਕੇ ਖਲੋ ਜਾਣਾ ਸੀ ਆਦਮ ਵਿੱਚ, ਹੁਣ ਅਸਾਂ ਬੜਿਆਂ ਨੇ ਬੜੇ ਕੰਮ ਹੋਣੇ। ਇੱਕ ਦਿਨ ਵਕਤ ਐਸਾ ਆਇਆ ਕਿ ਉਸਦਾ ਵਕਤ ਪੂਰਾ ਹੋ ਗਿਆ, ਉਹ ਮਰ ਗਿਆ ਜਨਾਬ ਗੁਜ਼ਰੇ ਆਵਾਜ਼ ਨਾ ਆਈ, ਕੱਕਿਆ ਦੁਕਾਨ ਕੀ ਤਾਲਾ ਲੱਗਾ ਹੋਇਆ, ਪੁੱਛਿਆ ਨੇ ਆਂਢੀ ਗੁਆਂਢੀ ਜਿਹੜੇ ਦੁਕਾਨਦਾਰ ਸੀ ਉਹਨਾਂ ਕੋਲੋਂ ਇਹ ਹਿੰਦੂ ਕਿਤੇ ਗਿਆ, ਉਹਨਾਂ ਕਿਹਾ ਗਿਆ ਸਰਕਾਰ ਮਰ ਗਿਆ। ਆਖਣ ਲੱਗੇ ਜਿੱਥੇ ਬੋਇਆ ਹੋਇਆ ਉੱਥੇ ਮੈਨੂੰ ਲੈ ਚਲੋ, ਲੱਗੇ ਅੱਗੇ ਉਹਨਾਂ ਚੱਲਾ ਲੱਗਣੀ ਨਾ ਬੰਦਾ ਜਿਹੜਾ ਉਹ ਸਾੜਨੇ ਸੀ ਝਾੜੀਆਂ ਵਿੱਚ ਉਹ ਸਾੜ ਲਗੇ ਸਾੜ ਲਗੇ ਜਨਾਬ ਨੇ ਤੱਕਿਆ ਤਾਂ ਦੂਰੋਂ ਹੱਥ ਖੜਾ ਕੀਤਾ ਕਿ ਸਾੜਿਓ ਨਹੀਂ ਕੋਲ ਗਏ, ਉਹਨਾਂ ਆਖਿਆ ਮੈਂ ਇਸ ਨਾਲ ਜਨਾਜ਼ਾ ਪੜਨਾ, ਉਹਨਾਂ ਆਖਿਆ ਗਿਆ ਸਰਕਾਰ ਇਹ ਹਿੰਦੂ ਹੈ ਇਹ ਮੁਸਲਮਾਨ ਨਹੀਂ ਹੈ, ਜਿਹੜੀ ਅਸਲ ਆਪਣੀ ਰਸਮ ਹੈ ਅਸਾਂ ਉਹ ਅਦਾ ਕਰਸਾਂ ਅਸਾਂ ਸਾੜਨਾ ਇਸ ਕੀ। ਸਰਕਾਰ ਨੇ ਫਰਮਾਇਆ ਨਹੀਂ 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 ਮੈਂ ਇਹਦਾ ਜਨਾਜ਼ਾ ਪੜਨਾ। ਪਰ ਦੋਸਤੋ ਜਿਹੜਾ ਉਹਨਾਂ ਹਿੰਦੂਆਂ ਨੇ ਟੋਲੇ ਨਾ ਮੰਨਿਆ ਜਨਾਜ਼ੇ ਵਾਸਤੇ, ਤੇ ਦੱਸਣੇ ਕਿ ਜਨਾਬ ਨੇ ਗੌਰ ਨਾਲ ਤੱਕਿਆ, ਗੌਰ ਨਾਲ ਉਸ ਦਰ ਤੱਕਿਆ, ਉੱਥਾ ਹੀ ਉੱਥੇ ਬੈਠਾ ਹੋਣਾ ਬੜਿਆਂ ਨੇ ਬੜੇ ਕੰਮ ਆਏ ਜਨਾਬੇ ਗੌਸ ਪਾਕ ਕੋਈ ਲੋਕੀ ਹਸਤੀ ਨਹੀਂ ਜੀ। ਹਾਏ ਹਾਏ ਜਿਹੜਾ ਇਹ ਵਾਕਿਆ ਇਹ ਕਰਾਮਤ ਕਿ ਮੁਰਦਾ ਜ਼ਿੰਦਾ ਹੋ ਗਿਆ ਔਰ ਉੱਠ ਕੇ ਬਹਿ ਗਿਆ, ਫਿਰ ਬੜਿਆਂ ਨੇ ਬੜੇ ਹੀ ਕੰਮ ਹੋਣੇ। ਉਹਨਾਂ ਸਾਰਿਆਂ ਕਲਮਾ ਪੜਿਆ ਨਾ ਹਜ਼ੂਰ ਨਾ ਲਾ ਇਲਾਹਾ ਇਲਾ ਮੁਹੰਮਦ ਕਲਮਾ ਪੜਿਆ ਸਾਰਿਆਂ ਸਾਰਿਆਂ ਪਿੱਛੇ ਸਫਾ ਬਣ ਲਈਆਂ, ਸਰਕਾਰ ਨੇ ਉਸਦਾ ਜਨਾਜ਼ਾ ਪੜਿਆ। ਉਹ ਜੀਣੀਆਂ ਵੀ ਦੋ ਸਾਂ ਤਾਂ ਮੋਇਆ ਤਾਂ ਸਾੜੀ ਹੀ ਹੋਣੇ, ਹਾਰ ਮੋਰੀ ਅਬਦੁਲ ਸਾਹਿਬ ਬਣੇ ਦੋ ਸਾਂ ਚ ਕੱਢ ਕੇ ਹਸਪਤਾਲ ਜਾਣਾ ਪੈਂਦਾ।